ਬਾਬੇ ਚੋਣੇ ਮੋੜ ਦਾ ਕਿੱਸਾ ਮੋਬਾਈਲਾਂ 'ਚ ਫਸੀ ਹੋਈ ਜਵਾਨੀ ਨਾਲ ਸਾਂਝਾ ਕਰਨ ਜਾ ਰਿਹਾ ਤੁਹਾਡਾ ਉਮੰਗ ਵੀਰ ਬਵਿਆਲ ਤੋਂ ਸੁਣ ਕੇ ਬਈ ਕਿਰਾ। आजो दसा जोने मोड़ दी कहानी उन्हें अणखां दे पिछे ही गवाई सी जवानी बंदा कदा सी बरूद दा ओ ढेर हुंदा सी मजे मालवे दुआबे दा ओ शेर हुंदा सी ठां ठां सी करौंदा ना सी डरदा जमाने तो पिंड सीगा मोड़ है सी किशने दे लाने तो मर्द दलेरां दा ओ आगू हुंदा सी घोड़ी हवा च उड़ौंदा जिवें जादू हुंदा सी निक्के मोटे बदमाशां दा ओ दादू हुंदा सी कहिंदे जिंदे सरकारी वी ओ तोड़ दिंदा सी मार मार डाके टुम्मा मोड़ दिंदा सी जिहड़ा अखी उहदे रड़ के ओ रोड़ दिंदा सी ਕਹਿੰਦੇ ਬਾਡੀ ਦੇ ਕਬੱਡੀ ਦਾ ਖਿਡਾਰੀ ਹੁੰਦਾ ਸੀ ਉਤੋਂ ਸਿਰੇ ਦਾ ਉਹ ਮਿੱਤਰਾ ਸ਼ਿਕਾਰੀ ਹੁੰਦਾ ਸੀ ਉਹਦਾ ਰੱਜ ਕੇ ਸੀ ਸਾਊ ਉਹਨਾਂ ਬਣਦਾ ਸੀ ਡਾਕੂ ਮੋਢੇ ਟੰਗਦਾ ਦਨਾਲੀ ਉਹਨਾਂ ਰੱਖਦਾ ਸੀ ਚਾਕੂ ਉਹ ਤਾਂ ਡੋਗਰ ਨੇ ਕਿਸ਼ਨਾ ਬਣਾ ਦਿੱਤਾ ਸੀ ਜੇਲ ਕਾਲੇ ਪਾਣੀ ਵਿੱਚ ਹੀ ਪਚਾ ਦਿੱਤਾ ਸੀ ਸਾੜਾ ਚੌਣੇ ਦੇ ਵੀ ਕਾਲ ਜੇ ਮਚਾ ਦਿੱਤਾ ਸੀ ਜਿਉਣਾ ਸਾਊ ਤੋਂ ਸੀ ਡਾਕੂ ਫੇ ਬਣਾ ਦਿੱਤਾ ਸੀ ਮਾਮਾ ਵਰਗਾ ਪਿਆਰ ਨਾਲ ਭਾਬੀ ਹੁੰਦਾ ਸੀ ਕਾਲਾ ਚਾਦਰਾ ਸੀ ਲਾਉਂਦਾ ਤੇ ਸੰਧੂਰੀ ਟਿੱਕਾ ਲਾਵੇ ਟੌਰ ਰੱਖਦਾ ਉਹ ਜਮਾਈ ਨਵਾਬੀ ਹੁੰਦਾ ਸੀ ਕਾਲਾ ਚਾਦਰਾ ਸੀ ਲਾਉਂਦਾ ਤੇ ਸੰਧੂਰੀ ਟਿੱਕਾ ਲਾਵੇ ਟੌਰ ਰੱਖਦਾ ਉਹ ਜਮਾਈ ਨਵਾਬੀ ਹੁੰਦਾ ਸੀ ਜਿਹਦਾ ਰੋਬਦਾਰ ਠੇਠ ਜਾਂ ਪੰਜਾਬੀ ਹੁੰਦਾ ਸੀ ਕਹਿੰਦੇ ਬਾਰਾਂ ਬੋਰ ਵਾਲੀ ਸੀ ਬੰਦੂਕ ਰੱਖਦਾ ਗੈਰਤੀ ਵੀ ਨਾ ਸੀ ਭੈਣਾਂ ਜਾਂ ਸਲੂਕ ਰੱਖਦਾ ਨਾ ਸੀ ਪੇਠੀ ਉੱਤੇ ਕਿਸੇ ਦੀ ਉਹ ਵਾਰ ਕਰਦਾ ਫੇਰ ਮੱਥੇ ਵਿੱਚ ਮਾਰਦਾ ਸੀ ਪੁੱਤ ਜੱਟ ਦਾ ਚਿੱਠੀ ਮਿਲੀ ਜੋ ਭਰਾ ਦੀ ਫੇਰ ਘੋੜੀ ਸੀ ਭਜਾਈ ਉਹਨੇ ਲੱਤ ਮਾਰ ਤੋੜਤਾ ਸੀ ਬੂਹਾ ਹੱਟ ਦਾ ਕਹਿੰਦਾ ਸੇਠਾ ਓਏ ਭਰਾ ਦੀ ਚਿੱਠੀ ਪੜ੍ਹ ਕੇ ਸੁਣਾ ਚਿੱਠੀ ਸੁਣੋ ਉਹਦੇ ਛਾ ਗਿਆ ਸੀ ਅੱਖਾਂ ਵਿੱਚ ਖੂਨ ਫਿਰ ਡੋਗਰ ਨੂੰ ਮਾਰਨੇ ਦਾ ਚੜਿਆ ਜਨੂਨ ਫਿਰ ਡੋਗਰ ਨੂੰ ਦਿਨਾਂ ਵਿੱਚ ਮਾਰ ਸਿੱਟਿਆ ਸੁਣੇ ਡੋਗਰੀ ਉਹ ਚੁਣੇ ਦੇ ਸੀ ਪੈਰੀ ਲਿੱਟਿਆ ਕਹਿੰਦਾ ਯਾਰੀ ਚਿੱਕਦਾਰੀ ਕਰ ਪਾਪ ਤੂੰ ਕਮਾਇਆ ਉਹਨੂੰ ਟੱਕ ਕੇ ਸ਼ਰਾਬ ਨਾਲ ਧੋਖੇ ਨਾ ਹਰਾਇਆ ਤੈਨੂੰ ਬੜਾ ਮਹਿੰਗਾ ਪਿਆ ਫਿਰ ਮੋੜਾ ਨਾਲ ਪਾਇਆ ਤੈਨੂੰ ਨਰਕੀ ਪਚਾਊ ਜੁਣਾ ਦਰਾਂ ਉੱਤੇ ਆਇਆ ਕੱਲ ਪੱਥਰ ਤੇ ਲੀਕ ਸੀਗੀ ਮੰਗੇ ਮੋੜ ਦੀ ਵਿੱਚ ਟਿੱਪਿਆਂ ਲਵਾਈ ਡੋਗਰੇ ਦੀ ਦੌੜ ਸੀ ਮਾਰ ਡੋਗਰੇ ਨੂੰ ਜੱਟ ਸੀ ਆਜ਼ਾਦ ਹੋ ਗਿਆ ਫਿਰ ਜੁਣਾ ਮੋੜ ਡਾਕੂ ਤੋਂ ਸੀ ਸਾਧ ਹੋ ਗਿਆ ਮਾਤਾ ਨੈਣਾ ਦੇਵੀ ਨੂੰ ਉਹ ਬਹੁਤਾ ਮੰਨਦਾ ਹੁੰਦਾ ਸੀ ਸੋਹਣਾ ਏਡਾ ਸੀਗਾ ਨੂਰ ਜਮਾ ਚੰਨ ਦਾ ਹੁੰਦਾ ਸੀ ਜੁੱਸਾ ਸੀਗਾ ਭਲਵਾਨੀ ਨਾਲੇ ਭਾਰ ਉਹਦਾ ਕਹਿੰਦੇ ਚਾਰ ਮੰਨਦਾ ਹੁੰਦਾ ਸੀ ਪੈਸਾ ਵੰਡਤਾ ਗਰੀਬਾਂ ਵਿੱਚ ਜੋ ਵੀ ਸੀ ਕਮਾਇਆ ਨਾਲੇ ਸੋਨੇ ਦਾ ਸੀ ਨੈਣਾ ਦੇਵੀ ਛਤਰ ਚੜਾਇਆ ਘੇਰਾ ਗੋਰੀ ਸਰਕਾਰ ਦਾ ਸੀ ਸੌਖਾ ਤੋੜ ਆਇਆ ਫਿਰ ਪਹੁੰਚ ਦਰਬਾਰੀ ਉਹ ਫਸ ਗਿਆ ਸੀ ਛਾਲ ਮਾਰ ਕੇ ਪਹਾੜੀ ਤੋਂ ਨੱਸ ਗਿਆ ਸੀ ਉਹਨੇ ਬਦਲੇ ਦੀ ਅੱਗ ਸੀਗੀ ਰੀਝ ਨਾਲ ਸੇਕੀ ਮੈਂ ਨੈਣਾ ਦੇਵੀ ਆਖੇ ਚੁਣੇ ਅੱਖਾਂ ਮੀਚ ਕੇ ਤੂੰ ਇੱਥੋਂ ਛਾਲ ਮਾਰ ਜਾ ਪਰ ਛਾਵੇਂ ਤੇਰੇ ਦਾ ਵੀ ਵਾਲ ਹੋਣਾ ਨਹੀਂ ਉਹ ਪਿੰਗਾ ਭਾਵੇਂ ਭਾਈਏ ਥਾਣੇਦਾਰ ਦੇ ਤੂੰ ਆਰ ਪਾਰ ਜਾ ਜੁਣਾ ਹੱਸ ਕੇ ਪਹਾੜੀ ਤੋਂ ਸੀ ਛਾਲ ਮਾਰ ਗਿਆ ਥੱਲੇ ਡਿੱਗਿਆ ਸੀ ਉਹਦਾ ਵਾਲ ਵੀ ਨਹੀਂ ਵਿੰਗਾ ਹੋਇਆ ਬਸ ਇੱਥੇ ਮਾਰ ਖਾ ਗਿਆ ਕਿ ਉਹ ਹੰਕਾਰ ਗਿਆ ਫਿਰ ਪੁਲਿਸ ਨੂੰ ਸੀ ਟਿੱਚਰ ਨਾਲ ਲਲਕਾਰ ਗਿਆ ਰੋਂਦ ਜੱਟ ਦੇ ਸਰੀਰੋਂ ਫਿਰ ਆਰ ਪਾਰ ਗਿਆ ਝੰਡਾ ਭਗਤੀ ਵਾਲਾ ਵੀ ਡਾਕੂ ਸਿਰੇ ਚਾੜ ਗਿਆ ਝੰਡਾ ਭਗਤੀ ਵਾਲਾ ਵੀ ਡਾਕੂ ਸਿਰੇ ਚਾੜ ਗਿਆ ਰੋਂਦ ਜੱਟ ਦੇ ਸਰੀਰੋਂ ਫਿਰ ਆਰ ਪਾਰ ਗਿਆ ਝੰਡਾ ਭਗਤੀ ਵਾਲਾ ਵੀ ਡਾਕੂ ਸਿਰੇ ਚਾੜ ਗਿਆ ਮੈਂ ਚੇਲਾ ਉਹਦਾ ਵੱਡਾ ਮੈਨੂੰ ਕਲਮ ਵੀ ਆਖੇ ਮੰਗੇ ਰੁਕਣਾ ਨਹੀਂ ਸਾਰੀ ਰਾਤ ਲਿਖੀ ਜਾ ਤੇ ਕਿੱਸਾ ਜੋਣੇ ਮੋੜ ਦਾ ਤਾਂ ਵੀਰੇ ਮੁੱਕਣਾ ਨਹੀਂ ਸਾਰੀ ਰਾਤ ਲਿਖੀ ਜਾ ਤੇ ਕਿੱਸਾ ਜੋਣੇ ਮੋੜ ਦਾ ਤਾਂ ਵੀਰੇ ਮੁੱਕਣਾ ਨਹੀਂ ਗੁਣ ਕਲਾਕਾਰੀ ਵਾਲਾ ਤੇਰਾ ਲੋਕਣਾ ਨਹੀਂ ਭਾਵੇਂ ਨਿੱਤ ਛੱਡੇ ਨਵਾਂ ਝੋਲਾ ਗੀਤਾਂ ਨਾਲ ਭਰਿਆ ਏ ਮੁੱਕਣਾ ਨਹੀਂ ਚੰਗੇ ਗੀਤ ਵੀ ਸੁਣੋ ਜੀ ਆਜੋ ਰਲ ਮਿਲ ਗਾਈਏ ਜਿਸਾ ਬਾਬੇ ਜੋਣੇ ਮੋੜ ਦਾ ਜੀ ਸਭ ਨੂੰ ਸੁਣਾਈਏ ਸੋ ਜੋਣਾ ਮੋੜ was not just a bandit. His brother was a bandit by profession. Then Doger, his brother's associate, sat him up with the cops and Jonah got upset because his brother Krishna got jailed up, got locked up because Doger messed up. And then Jonah just wanted to take revenge. Sometimes Jonah used to rob people and then he got to know that these people were poor people, helpless people. Then sometimes he even returned their belongings and everything. So Jonah was a real nice guy. We worship him. Near Mata Naina Devi temple, there is a Jonah Mort Samad. There's a place where people go and worship him. So he wasn't a bad guy, you know. Maybe he did some bad things, but basically he just wanted to take revenge from Doger. And that's it, man. You know, I have respect for Jonah Mort. So yeah, that's it.